नमस्कार मैं पूजा शर्मा तो दिस दिखा कर दियो जेकेसी नेटवर्क जेकेसी नेटवर्क दी हमेशा कोशिश रही है प्योर टैलेंट की आगे बदाने दी ते इसे टैलेंट की आगे बदांदे हो आज साडे कने मौजूद है स्टैंड अप कॉमेडियन शुभम गुप्ता जिंदा नाम तांत्रिक भी है ते तांत्रिक जी तोंदा मतम मदा स्वागत है ते सार से पहले शुरू करनी है कि तोंदा नाम तांत्रिक पेया है तांत्रिक किया पेया ए बड़ी लंबी स्टोरी है ते पहला ते जेकेसी नेटवर्क दा मैं शुक्रिया करना है जिने मेरे दिया ਪਿਓਰ ਟੈਲੈਂਟ ਤੇ ਕਣ ਇੱਕ ਬਹੁਤ ਬੜੀ ਹਸਤੀ ਜਿਹੜੀ ਹੈ ਤੁਸਾਂ ਮਿੱਗੀ ਸੱਦੇ ਆਇਤ ਹੈ ਤੇ ਪੂਜਾ ਜੀ ਤੁਸੇ ਆਖਿਆ ਕਿ ਅਸ ਪਿਓਰ ਟੈਲੈਂਟ ਕੀ ਪ੍ਰਮੋਟ ਕਰਨੇ ਆ ਤੇ ਮੇਰਾ ਇੱਕ ਦੋਸਤ ਹੈ ਉਹ 35 ਫੁਲਕੇ ਇੱਕ ਟੈਮੇ ਖੰਦਾ ਤੇ ਦੂਵੇਂ ਦੀ ਪਲੇਟਾਂ ਚ ਵੀ ਤਰੂੜੂੜਦਾ ਤੇ ਕਿਆ ਉਸੇ ਤੋਂ ਪ੍ਰਮੋਟ ਕਰਗੇ ਉਹ ਟੈਲੈਂਟ ਨਹੀਂ ਨ ਹੋਇਆ ਉਹ ਭੁਖੜ ਹੋਇਆ ਇਹ ਰਾਈਟਰ ਇਹ ਮੈਂ ਕਰਗਾ ਉਸੇ ਸੁਣਾਗਾ ਤੇ ਤੁਸੀਂ ਮੀ ਪੁੱਛਿਆ ਕਿ ਤਾੰਤ੍ਰਿਕ ਨਾਮ ਕੀ ਆ ਪਿਆ ਇਹ ਗੱਲ ਆਈਆਂ ਕਿ ਸਾਡੇ ਇੱਕ ਟੀਚਰ ਹੈ ਬੜੇ ਰੈਪਿਊਟਡ ਪਰਸਨੈਲਿਟੀ ਨੋਵਦਮਪੁਰ ਦੀ ਸੁਰੇਂਦਰਨੰਥ ਹਾਲਜੀ ਮੈਥ ਪੜਾਉਂਦੇ ਨੇ ਉਹਨੇ ਮੇ ਮਾਲਾ ਮੁੱਲਾ ਪਾਣ ਦਾ ਬੜਾ ਚਾਹ ਹੁੰਦਾ ਹਾ ਇਹ ਉਹ ਮਗਰੇ ਤੇ ਲੱਗੇ ਹੁੰਦਾ ਵਾਸਤਾ ਦਾ ਸੰਝਦਾ ਬਣਦਾ ਹੁੰਦਾ ਮੈਂ ਉਹਨੇ ਇੱਥੇ ਉਹ ਤਾੰਤ੍ਰਿਕ ਇੱਧਰ ਆ ਕੇ ਕਣ ਪਟਾਕੇ ਵੀ ਸੁੱਟਦੇ ਇਹ ਤੇ ਕਣ ਤਾੰਤ੍ਰਿਕ ਉਹਨੇ ਨਾਮ ਪਾਉ ਤਾੰਤ੍ਰਿਕ ਐਸਾ ਨਾਮ ਪਿਆ ਕਿ ਅੱਜ ਮੇਰੇ ਸਰਟੀਫਿਕੇਟਸ ਇਵਨ ਨੈਸ਼ਨਲ ਸਰਟੀਫਿਕੇਟਸ ਮੇਰੇ ਜਿਹੜੇ ਆ ਨਾ ਉਹਦੇ ਚ ਮੇਰਾ ਨਾਮ ਤਾੰਤ੍ਰਿਕ ਲਿਖੋਇਆ ਦਾ ਤੇ ਇਹ ਕੁਮ ਜਾਂ ਤੋਸੇ ਕੁਸੇ ਲੋਕੇ ਤੋਸੇ ਤੰਤਰ ਮੰਤਰ ਕਰਦੇ ਨਹੀਂ ਦਿਖਿਆ ਉਹ ਤਾਂ ਤੁਸੀਂ ਤੋਏ ਤਾਂਤਰੀ ਕਰਿਆ ਰਹੇ ਹੋ ਨਈ ਤੰਤਰ ਮੰਤਰ ਦੇ ਮਾਰੇ ਮਬਦੇਰੇ ਕਿਤੇ ਜੰਤਰ ਧੂਣੀਆਂ ਬੱਤੀਆਂ ਬਦੇਰਾ ਕਿਸਕੀਤਾ ਵੇਚਦੇ ਵੀ ਐਸੇ ਦੋਸ ਵੇਚਣਾ ਔਰ ਤੁਸੀਂ ਕੀ ਸਮਝੋ ਲੋਕ ਸੇ ਲੋਕਾਂ ਆਂ ਛੰਡ ਕਰਾਂਦਾ ਅਖਵਾ ਰਹੀਆਂ ਉਹ ਵੇਚਦਾ ਗਿਆ ਹੋਰ ਕੀ ਕਰਦਾ ਨਈ ਲੋਕੇ ਕੋਈ ਲਾਜ ਲੂਜ ਜੇ ਕ ਤੋਸ ਕਰਦੇ ਕੋਈ ਫਰਕ ਪਉਂਦਾ ਹੋ ਨਹੀਂ ਆਈਏ ਫਰਕ ਬਤੇ ਰਾ ਪਿਆਉ ਨਹੀਂ ਦਿਮਾਕੀ ਫਰਕ ਪਿਆਉ ਨਹੀਂ ਬੜਾ ਤਗੜਾ ਫਰਕ ਪਿਆ ਔਰ ਐਸਾ ਫਰਕ ਪਿਆ ਕਿ ਫਰਕੋ ਫਰਕ ਹੀ ਹੋਇਆ ਜਿਵੇਂ ਕਿ ਹੁਣ ਸਾਰੇ ਲੋਕੇ ਪਤਾ ਹੈ ਤੋ ਇਸ ਸਟੈਂਡ ਅਪ ਕਾਮੇਡੀਨ ਕਰਦੇ ਜੇ ਕਿ ਇਹ ਤੁੰਦਾ ਪੈਸ਼ਨ ਹੈ ਯਾ ਇਹ ਤੁੰਦਾ ਪ੍ਰੋਫੈਸ਼ਨ ਹੈ ਦੇਖੋ ਜੀ ਬਾਇ ਪ੍ਰੋਫੈਸ਼ਨ ਤੁਸੀਂ ਬੜਾ ਯੂ ਵਿਲ ਬੀ ਸਰਪ੍ਰਾਈਜ਼ ਟੂ ਨੋ ਕਿ ਮੈਂ ਬਾਇ ਪ੍ਰੋਫੈਸ਼ਨ ਸਿਵਲ ਇੰਜੀਨੀਅਰ ਹਾਂ ਸਿਵਲ ਇੰਜੀਨੀਅਰ ਹਾਂਜੀ ਔਰ ਇਹ ਨਹੀਂ ਪੁੱਛਿਓ ਮੈਂ ਕਿੱਥੇ ਕੰਮ ਕਰਾਣਾ ਹੈ ਉਹ ਬਾਦੀ ਗੱਲ ਹੈ ਉਹ ਉਦੋਂਪੁਰ ਦੀ ਜਨਤਾ ਸਾਰੀ ਜਾਣਦੀ ਹੈ ਜੇ ਥੋੜੀ ਐਸੇ ਪਤਾ ਤੇ ਫਿਲਹਾਲ ਉਸੇ ਗੱਲ ਲਈ ਤੁਸ ਦਬਾਉੜ ਤੇ ਬਾਇ ਪੈਸ਼ਨ ਮੈਂ ਸਟੈਂਡ ਅਪ ਕਾਮੇਡੀਅਨ ਹੈ ਔਰ ਸਾਡੀ ਜਿਹੜੀ ਮਤਲਬ ਫੈਮਲੀਜ਼ ਹਨ ਨਾ ਮਤਲਬ ਮੈਂ ਉਹਦੀ ਗੱਲ ਕਰਗਾ ਕਿ ਪ੍ਰੋਫੈਸ਼ਨ ਅਸੀਂ ਪਕੜਨਾ ਪਉਂਦਾ ਹੈ ਕਿ ਪੈਸ਼ਨ ਜਿਹੜਾ ਹੈ ਉਹ ਰੋਟੀ ਨਹੀਂ ਖਲਾਈ ਸਕਦਾ ਹੈ ਇਸ ਵਾਸਤੇ ਸਾਨੂੰ profession ਜਿਹੜਾ follow ਕਰਨਾ ਪੁੰਦਾ ਹੈ ਤੇ ਜੇਕਾ profession ਤੁਸੀਂ ਪਕੜੇ ਦਾ ਤੇ ਮੈਂ ਸੁਣਿਆ ਤੁਸੀਂ ਲਿਖਦੇ ਵੀ ਹੋ ਤੇ ਜੇ ਕਿ ਇੰਜੀਨੀਅਰਿੰਗ ਕੀਤੀ ਤੁਸੀਂ ਲਿਖੀ ਹੈ ਕੀਤੀ ਹੈ ਬੈ ਪ੍ਰੈਕਟੀਕਲ ਵੀ ਕੀਤੀ ਹੈ ਇਹ ਤਾਂ ਤੁਸੋਂ ਦੋਂ ਪਰਸ਼ਾਰ ਚ ਦਿਖੀ ਸਕਦੇ ਹੋ ਪ੍ਰੈਕਟੀਕਲ ਫਿਲਹਾਲ ਤਾਂ ਮੈਂ ਹਾਂ ਮੈਂ ਕੁਐਸਚਨ ਕੀਤਾ ਹੈ ਤਾਂ ਕੁਐਸਚਨ ਕੀਤਾ ਕਿ ਤੁਸੀਂ ਲਿਖਦੇ ਹੋ ਜਾਂ ਪ੍ਰੈਕਟੀਕਲ ਵੀ ਕੀਤਾ ਬਿਲਕੁਲ ਲਿਖਣ ਦਾ ਤੇ ਐਸਾ ਹੈ ਫਿਲਹਾਲ ਤੇ ਤੋ ਸੋ ਅਲੀ ਗੱਲ ਦਬਾਉੜੋ ਦਬਾਉੜੋ ਇਸੀ ਨੇ ਬਿਲਕੁਲ ਹੀ ਦਫਨ ਕਰੜੋ लिखने कोई, कोई लिखने दिल लिखने ਦਾ ਐਸਾ ਹੈ ਕਿ ਬੰਦੇ ਇੱਕ ੱੱਕਾ ਚਾਹੀਦਾ ਹੁੰਦਾ ਹੈ ਕਿ ਕੋਈ ਕੋਈ ਉਹ ਹੈ ਨਾ ਸ਼ਰੀਮਾਨ ਦਾ ਗੀਤ ਕੀ ਕੋਈ ਕਰਜਾ ਬੇਵਫਾਈ ਕੁਝ ਗੀਤ ਝੋਲੀ ਪਾ ਜਾ ਤੇ ਉਹ ੱੱਕਾ ਜਿਹੜਾ ਹੈ ਤੇ ਉਹ ਲੱਗੇਦਾ ਮੀ ਕੀ ਤੇ ਲਿਖਨੇ ਦਾ ਕੀੜਾ ਮੇਰਾ ਜਾਗੇਦਾ ਲੱਗੀ ਉਹ ਇੰਨਾ ਮੇ ਕੱਢਣਾ ਨਹੀਂ ਆ ਉਹ ਕਦੇ ਕੇ ਕੋਈ ਸੀਰੀਅਸ ਮੂਡ ਹੋਵੇ ਤਾਂ ਤਾਂ ਨਹੀਂ ਤਾਂ ਉਹ ਹੈ ਨਾ ਦਿਲ ਟੁੱਟੇ ਆਸ਼ਕਾਂ ਦੀਆਂ ਕਹਾਣੀਆਂ ਦੇ ਉਹਦੀਆਂ ਕਹਾਣੀਆਂ ਨੇ ਇਸ ਵੇਲੇ ਤੁੰਦਾ ਦਿਲ ਟੁੱਟੇ ਦਾ ਪਹਿਲੇ ਦਾ ਉਹ ਕਿਹੜੀ ਤੁਸਾਂ ਇਹ ਦੁੱਖ ਦੀ ਰਗ ਮੇਰੀ ਪਗੜੀ ਨਾ ਇਤ ਕਰ ਰਹਿਲਾ ਵੀ ਦਿਖਣਾ ਪਟਾਕੋ ਪਟਾਕੋ ਇੰਨੇ ਵੀ ਗਲਤ ਆ ਇੰਨਾ ਨਹੀਂ ਲੱਗਦਾ ਤੇ ਨਹੀਂ ਐਸੀ ਕੋਈ ਗੱਲ ਹੈ ਨਹੀਂ ਹੈ ਸ਼ਗਲ ਮੇਰੀ ਈਆ ਉਬਲੇ ਲਾ ਕਦ ਦੂ ਜਾਣ ਇਹਦੇ ਉਹਦੇ ਕੋਈਆਂ ਗੱਲਾਂ ਹੋਣੀਆਂ ਇਹ ਸਸਤਾ ਤੁਸੀਂ ਆਪਣੀ ਕਹਾਣੀ ਲਾਓ ਅੱਗੇ ਕਹਾਣੀ ਇਹ ਤੂੰ ਸੁਣਾਓ ਨਾ ਲੋਕੇ ਵੀ ਪਤਾ ਲੱਗੇ ਕਿ ਨਹੀਂ ਭਈ ਜਿਹੜਾ ਜਿਹੜਾ ਲੋਕੇ ਅਸਾਂ ਦਾ ਅੰਦਰੋਂ ਅੰਦਰੋਂ ਕਿੰਨਾ ਦੁਖੀ ਹੈ ਦੁਖੀ ਮੈਂ ਪੜਾ ਦੁਖੀ ਮੈਂ ਤੁਸੀਂ ਇੰਨੀ ਗੱਲ ਸਰਾਹ ਰਾਤੀ ਮੀ ਨਿੰਦਰ ਨਹੀਂ ਪਉਂਦੀ ਹੈ ਕਿ ਕਿ ਗੱਦਾ ਮੇਰਾ ਬੜਾ ਸਖਤ ਹੈ ਤੇ ਕੋਈ ਗੱਲ ਹੈ ਕਰਨੀ ਵਾਲੀ ਪੂਜਾਈ ਤੋਸੇਂ ਨਾ ਮੇਰਾ ਕੌਨਫੀਡੈਂਸ ਤੋਸੇਂ ਲੂਜ਼ ਕਰਾਨੀ ਹੈ ਅੱਜਕੱਲ ਤਾਂ ਚੱਲਦਾ ਹੈ ਇਹ ਗੇਸ਼ੇ ਤਾਂਦ ਮੈਂ ਚੱਲ ਲੋਕੇ ਵੀ ਪਤਾ ਲੱਗੇ ਕਿ ਨਹੀਂ ਸਾਰੇ ਆਸਾਨ ਹੈਲਾ ਕਿ ਆਪੂ ਵੀ ਕਰ ਦੁਖੀ ਹੋਈ ਸਕਦਾ ਕਿ ਨਹੀਂ ਹੋਈ ਸਕਦਾ ਨੇ ਦੁਖੀ ਕੀ ਨਹੀਂ ਹੋ ਸਕਦਾ ਜੀ ਦੁਖੀ ਆਸਤਾ ਮੈਂ ਜਿਹੜੇ ਕਿਲ ਠੋਕੇ ਦੇ ਨੇ ਆਪਣੇ ਦਿਲੇ ਹੀ ਮੈਂ ਦੁਖੀ ਦੇ ਹੋਣਾ ਪਰ ਇਹ ਆ ਕਿ ਜੀਵਨ ਚੱਲਨੇ ਦਾ ਨਾਮ ਹੋਵੇ ਚੀਜ਼ ਆ ਕਿ ਮੂਡ ਚੇਂजेस 온 देयर ऑन देन ਔਰ ਬੰਦੇ ਕੀ ਸਟਿਲ ਰਹਿਣਾ ਚਾਹੀਦਾ ਹੈ ਸਥਿਰ ਰਹਿਣਾ ਚਾਹੀਦਾ ਇਸ ਹਾਸਤੇ ਠੀਕ ਹੈ ਤੁਸੀਂ ਕਿ ਸਟੈਂਡ ਅਪ ਕਮੇਡੀ ਕਰਦੇ ਜੀ ਲੋਕੇ ਦੇਖੇ ਦਾ ਹੋਣਾ ਸੋਸ਼ਲ ਮੀਡੀਆ ਉੱਪਰ ਤੁਸੀਂ ਡੋਗਰੀ ਚ ਕਰਾ ਨੇ ਤੇ ਡੋਗਰੀ ਚ ਕੋਈ ਕਰਨੀ ਦੀ ਖਾਸ ਵਜ੍ਹਾ ਕੋਈ ਦੇਖੋ ਜੀ ਵਜਾ ਤੇ ਕੋਈ ਨਹੀਂ ਹੈ ਮੈਂ ਕਾਫੀ ਚੀਜ਼ਾਂ ਦੇਖਣਾ ਹੋਣਾ ਕਿ ਲੋਕ ਕੈਂਪੇਨਿੰਗ ਕਰਦੇ ਨੇ ਸੇਵ आवर ਮਦਰ ਟੰਗ ਸੇਵ ਡੋਗਰੀ ਇਹ ਚੀਜ਼ ਤੇ ਕੋਈ ਇਆਂ ਸਲੋਗਨਸ ਕਰਨੇ ਆ ਜਾਂ ਉਸ ਇਹਦੇ ਕੱਡੇ ਪਖਵਾੜੇ ਲਾਗੇ ਉਹਦੇ ਕੰਨੇ ਕੱਖ ਨਹੀਂ ਹੋਣਾ ਜਦੋਂ ਤੁਹਾਡੀ ਡੇਲੀ ਲਾਈਫ ਚ ਤੁਸੀਂ ਆਪਣੀ ਡੋਗਰੀ ਕੀ ਇਸਤੇਮਾਲ ਨਹੀਂ ਕਰਗੇ ਤੇ ਅਦੋਂ ਤੁਹਾਡੀ ਡੋਗਰੀ ਦਾ ਕਲਿਆਣ ਤੁਸੀਂ ਨਹੀਂ ਕਰੀ ਸਕਨੇ ਉਹਦੀ ਵਜ੍ਹਾ ਇਹ ਹੈ ਕਿ ਅੱਜ ਮੈਂ ਨਿੱਕੇ ਬੱਚੇ ਟਾਈਮ ਪੁੱਛਣਾ ਕਿ ਬੱਚੇ ਕੀ ਟਾਈਮ ਹੋ ਬੱਚੇ ਟਾਈਮ ਕੀ ਹੋਇਆ ਉਹਨਾਂ ਨੇ ਕੀ ਆਖਣਾ 8:42 ਮਿੰਟ ਉਸੀ ਵਿਚਾਰੇ ਉਹ ਬਤਾਲੀ ਵੀ ਨਹੀਂ ਬੋਲਣ ਆਣਾ ਨਹੀਂ ਜੀ ਹਾਂ ਤੁਸੀਂ ਤੁਸੀਂ ਦਿਖਿਆ ਹੋਣਾ ਕਿ ਅੱਜ ਕੱਲ ਦੇ ਮਾਪੇ ਬੱਚੇ ਆਖਦੇ ਕਿ ਬੇਟਾ ਨੋਜੂ ਸਾਫ ਕਰ ਲੋ ਬੇਟਾ ਹੈਂਡੂ ਸਾਫ ਕਰ ਲੋ ਤੇ ਕਾ ਜਈਏ ਵੀ ਉਹ ਇਨ ਦੀਸ ਗੱਲ ਕਰਦੇ ਪਰ ਉਹ ਬਾਹਰ ਜਈਏ ਆਖਦੇ ਕਿ ਕੈਮਰੇ ਉਪਰ ਆਖਦੇ ਕਿ ਭਈ ਡੋਗਰੀ ਕੀ ਸਪੋਰਟ ਕਰੋ ਔਰੇ ਹਸਤੇ ਕਛਤਸ ਬਿਲਕੁਲ ਜੀ ਉਹ ਦੇਖੋ ਜੀ ਮੈਂ ਪਹਿਲੇ ਤੁਸੀਂ ਉਹ ਗੱਲ ਸੁਣਾਉੜੀ ਕਿ ਸਲੋਗਨਸ ਕਰਨੇ ਉਹ ਤੋਂ ਆਖੇ ਨਾਰੇ ਲਾ ਕੇ ਉਹਦੇ ਕਨੇ ਕੱਖ ਨਹੀਂ ਹੋਣਾ ਡੇਲੀ ਲਾਈਫ ਚ ਸੀ ਡੇਲੀ ਰੂਟੀਨ ਚ ਤੋਂ ਸ਼ਾਮਿਲ ਕਰੋ ਬੱਚਿਆਂ ਨੂੰ ਡੋਗਰੀ ਬੁਲਵਾਓ ਉਹਨੇ ਪਤਾ ਚੱਲੇ ਕਿ ਫਲਾਣੀ ਚੀਜ਼ ਕੀ ਡੋਗਰੀ ਚ ਕੀ ਆਖਦੇ ਨੇ ਨਹੀਂ ਤਾਂ ਇਹ ਤੇ ਤੁਸ ਰ ਇਹ ਪੈਂਪਲਟ ਚਮਕਾਉਂਦੇ ਹੈਗਾ ਠੀਕ ਹੈ ਨਾ ਔਰ ਡੋਗਰਾ ਜਿਹੜਾ ਹੈ ਉਹ ਡੋਗਰੀ ਨਹੀਂ ਬੋਲਕ ਤੇ ਨੇਪਾਲੀ ਨੇ ਆਈਏ ਤੇ ਡੋਗਰੀ ਬੋਲਣੀ ਨਹੀਂ ਹੈ ਠੀਕ ਹੈ ਨਾ ਇਟਸ ਬੈਟਰ ਕਿ ਤੋ ਸਿੱਸੀ ਪ੍ਰੋਮੋਟ ਕਰੋ ਸਿਰਫ ਬੋਲੀ ਹੈ ਬਸ ਇਹੋ ਚੀਜ਼ ਨਹੀਂ ਤੋਸ ਇਹਦੇ ਬਾਰੇ ਚ ਕੀ ਆਖਣਾ ਚਾਹੀਏ ਕਿ ਜੇਕਰ ਡੋਗਰੀ ਸਿਸਟਮ ਹੈ ਕਿ ਮਗਰ ਤੁਸੀਂ ਕੀ ਸੋਚਦਾ ਅਗੇ ਡੋਗਰੀ ਹੈ ਬਦਾਨੀ ਦੇਖੋ ਜੀ ਪ੍ਰਮੋਸ ਪ੍ਰਮੋਟ ਤੋ ਕਾ ਆਖ ਦੇਣਾ ਕਿ ਇਨ ਰੋਮ ਡੂ ਵਟ ਰੋਮਨਸ ਡੂ ਉਹ ਵੇ ਚੀਜ਼ ਹੈ ਕਿ ਇਨ ਜੰਮੂ ਤੋਸ ਇੱਥੇ ਕਮ ਸੇ ਕਮ ਇੱਥੇ ਤੇ ਡੋਗਰੀ ਕਰੋ ਮੈਂ ਤੇ ਕਾਲਜ ਟਾਈਮ ਹਾਂ ਮੈਂ ਉੱਥੇ ਵੀ ਮੇਰੀ ਮਾਚਲਦੀ ਫਰੈਂਡਸ ਹੀਆਂ ਮੈਂ ਉਹਨੇ ਇੱਕ ਵਾਰੀ ਡੋਗਰੀ ਦਾ ਗਾਣਾ ਪ੍ਰੇਪੇਅਰ ਕਰਵਾਇਆ ਦਾ ਹ ਕਿ ਤੋ ਜੇ ਦਰ ਉਹ ਦੱਸੋ ਸਾਡਾ ਕਲਚਰ ਦੱਸੋ ਜੇ ਲੋਕੀ ਪੰਜਾਬੀ ਕਦੇ ਬਾਹਰ ਜਾ ਕੋ ਕਦੇ ਵੀ ਜਿਹੜਾ ਆਪਣਾ ਕਲਚਰ ਨਹੀਂ ਭੁੱਲਗ ਜਪਨੀਜ਼ ਜਿਹੜਾ ਉਹਤੇ ਹੋਰ ਦੂਸਰੀ ਕੰਟਰੀਜ਼ ਜਾ ਕੋ ਕਦੇ ਆਪਣਾ ਕਲਚਰ ਨਹੀਂ ਭੁੱਲਿਆ ਅਸੀਂ ਹੀ ਅੱਗ ਲੱਗੀ ਦੀ ਹੁੰਦੀ ਐ ਅਸੀਂ ਬਾਹਰ ਜਾਣਾ ਮੁੰਬਈ ਤੋਂ ਵਾਓ ਚਲੇਏ ਉਹ ਇਹ ਉਹ ਜਨਿਹ ਰਾਗ ਉਹਤੇ ਰਹਿਣਦੇ ਬਹੁਤ ਨਰਗੀਆਂ ਇਸ ਹਸਤੇ ਡੋਗਰੀ ਜਿਹੜੀ ਐ ਸਾਡੀ ਮਾਤਰ ਭਾਸ਼ਾ ਔਰ ਇਸੀ ਜਿੰਨਾ ਪ੍ਰਮੋਟ ਕਰੀ ਸਕਨੇ ਹੋ ਬੋਲੀਆ ਕਰੋ ਸੋ ਲਾਈਫ ਟਾਈਮ ਕੀ ਸੋਚਦਾ ਕਿ ਉਹਨਾਂ ਅੱਗੇ ਕੀ ਕਰਨਾ ਹੈ ਸਟੈਂਡ ਅਪ ਕਮੇਡੀ ਕਰਨੀ ਹੈ ਕਿ ਬਾਈ ਪ੍ਰੋਫੈਸ਼ਨ ਜੇ ਕਿਦ ਉਸ ਕੰਮ ਕਰਾ ਨੇ ਉਦਮਪੁਰ ਚ ਇਹ ਕਰਦ ਰੋਣਾ ਦੇਖੋ ਜੀ ਪਹਿਲਾ ਦੇ ਉਦੋਂ ਪ੍ਰਾਲਾ ਕੰਮ ਮਗਾਈਆ ਫਸਟ ਕਲਾਸ ਮੈਂ ਰਿਸ਼ਤਾ ਕਰਾਣਾ ਆਪਣਾ ਤੇ ਉਹਦਾ ਹਿਸਾ ਮੈਂ ਸਾਰੇ ਆਖਣਾ ਚਾਹਨਾ ਕਿ ਤੁਪੋ ਮਗੀ ਉਹ ਦੇ ਕੇ ਲੋਕ ਦਿਖਾਦੇ ਤੇ ਉਹ ਇੰਦੇ ਹਸਤੇ ਮਗੀ ਨੇ ਕੰਟੈਕਟ ਕਰੀ ਸਕਦੇ ਕਿ ਕੋਈ ਕੁੜੀ ਅਗਰ ਸ਼ੈਲ ਹੈ ਤਾਂ ਸਿੱਧਾ ਤਾਂਤਰੀਗੁੰਦੇ ਗਨੇ ਸੰਪਰਕ ਕਰਨ ਬਿਲਕੁਲ ਉਹਨ ਮੈਂ ਥੋੜਾ ਸ਼ਰਮਾਣਾ ਵੀ ਹੈ ਮੈਂ ਜਾਕਤ ਹੁੰਦੀ ਨਾ ਨਜਾਕਤ ਹਾਂ ਤੇ ਅਕਲੀਨ ਲੱਗਿਆ ਕਿ ਮੂੜਾ ਸ਼ਰਮਿੰਲਾ ਨਹੀਂ ਤਾਂ ਉਹਨਾਂ ਦੇ ਅੱਖ ਨੂੰ ਚੰਟਾ ਮੂੜਾ ਨਹੀਂ ਲੋਕੇ ਦੇ ਉਦੋਂ ਬੋਲਦੇ ਲੋਕੇ ਪਤਾ ਕਿ ਬਾਹਰ ਦੀ ਹੋਗ ਤਾਂ ਚਲੋ ਕੋਈ ਗੱਲ ਨਹੀਂ ਚਲੋ ਇਥੇ ਫਿਰ ਸੰਯੋਗ ਹੁੰਦੇ ਨੇ ਜਿਹੜੇ ਉੱਪਰ ਮਿਲੇ ਦੇ ਨੇ ਚਲੋ ਤਾਂ ਸੱਗੇ ਇਹ ਹੋਣੀਆਂਗਾ ਤਾਂ ਸਸ ਸੁਣਾਓ ਕਿ ਨੋ ਕਰਾਂ ਵੀ ਤੁਸੀਂ ਸਪੋਰਟਸ ਹੁੰਦੀਆਂ ਇਹਨਾਂ ਦਸ ਮਗੀ ਘਰ ਵਾਲੇ ਸਪੋਰਟ ਕਰਦੇ ਸੀ ਜਿਹੇ ਉੱਪਰ ਤੁਸੀਂ ਦੇਖੋ ਜੀ ਜਿਹੜੀ ਸੋਸਾਇਟੀ ਚੋਂ ਅਸੀਂ ਬਿਲੋਂਗ ਕਰ ਰਹੇ ਹਾਂ ਨਾ ਪੂਜਾ ਜੀ ਇਹ ਲੋਅਰ ਮਿਡਲ ਕਲਾਸ ਜਿਹੜਾ ਹੈ ਨਾ ਅਸੀਂ ਹਮੇਸ਼ਾ ਹੀ ਇਹ ਚੀਜ਼ ਸਿਖਾਉਂਦੀ ਕਿ ਪੜ ਲਿਖ ਤੇ ਕਿ ਸ਼ਾਇਦ ਨੰਬਰ ਲੈ ਤੇ ਕਿਛ ਬਣਿਆ ਤੇਰਾ ਭਾਵੇਂ ਫੋਰਥ ਕਲਾਸ ਤੋਂ ਕਿਛ ਵੀ ਲੱਗ ਲੇਕਿਨ ਇਸ ਚੀਜ਼ 'ਚ ਕਦੇ ਸੋਚ ਨਹੀਂ ਆਂਦੀ ਹੁਣ ਮੇਰੇ ਘਰ ਦਾ ਮਾਹੌਲ ਐਸਾ ਆ ਕਿ ਉੱਥੇ ਛੜਾ ਸੀ ਮਜ਼ਾਕ ਹਰ ਰੱਬ ਦੀ ਦਿਆ ਕਰਨਾ ਮੰਮੀ ਆਖਦੀ ਪਾਪੇ ਕੀ ਤੁਹਾਡੇ ਵਰਗੇ ਦਾ ਬਾਬਾ ਪਾਖਦੇ ਮੰਮੀ ਔਰ ਤੇਰਾ ਤੁਹਾਡੇ ਵਰਗੇ ਦਾ ਸ਼ਰਾਰਤ ਕੋਈ ਹੋਈ ਤੇ ਉਹ ਆਪਸ 'ਚ ਕੀ ਲੜਦੇ ਰਹਿੰਦੇ ਤੁਸੀਂ ਕੀ ਲੱਗਿਆ ਕਿ ਤੁਸੀਂ ਕਿਹਦੇ ਉੱਪਰ ਕਹਦੇ ਮੈਨੂੰ ਕੀ ਲੱਗਦਾ ਮੈਂ ਆਪਣਾ ਉੱਪਰ ਗਿਆ ਇੰਦਰਾ ਟੈਲੈਂਟ ਮੇਰਾ ਸੇ ਕੋਈ ਇੰਆ ਪੁਰਾਣਾ ਗਿਆ ਹਾ ਟੈਲੈਂਟ ਇੰਆ ਸਹੀ ਨਾ ਕੋਈ ਕਰ ਕੋਈ ਕਰਦਾ ਹੈ ਕਮੇਡੀ ਇੰਆ ਹੀ ਆਪਣੇ ਆਪ ਅੰਦਰ ਲੱਗਿਆ ਉਹ ਆਪਸ ਚ ਕੀ ਕਰਦੇ ਹੈ ਨਾ ਆਪਸ ਚ ਗਿਆ ਉਹਨਾ ਕਰਨੀ ਤੇ ਮੈਂ ਰੈਫਰੀ ਬਣੀ ਆਣਾ ਤੇ ਬਸ ਉੱਥੋਂ ਆ ਗਿਆ ਮੈਂ ਦੇਖਿਆ ਇਹ ਤੇ ਦੇਖੋ ਇਹ ਤੇ ਅਸੀਂ ਮਜ਼ਾਕ ਦੀਆਂ ਗੱਲਾਂ ਦੋਸਤਾਂ ਕਰਨਾ ਬੋਣਾ ਤੇ ਉਹ ਨਿਕਲੀ ਆਂਦੀ ਹੀ ਗੱਲਾਂ ਨਿਕਲੀ ਆਣੀਆਂ ਪੁੱਠੀ ਸਿੱਧੀਆਂ ਕਿ ਕਦੇ ਵੀ ਕੋਈ ਚੀਜ਼ ਹੁੰਦੀ ਸੀ ਤਾਂ ਤੰਤਰੀ ਕੀ ਸਦੋਦ ਉਸ ਮੇਰੇ ਸੀਨੀਅਰਸ ਮੇਂ ਕੀ ਸਤਿ ਲਾਂਦੇ ਕਿ ਇਸੀ ਸਦੋਤੇ ਮੂੜ ਥੋੜਾ ਹਲਕਾ ਯਾਗ ਤੇ ਉਹ ਚੀਜ਼ ਚਲਦੀ ਰਹੀ ਅੱਗੇ ਵੀ ਫਿਰ ਆਸਤਾ ਆਸਤਾ ਕਾਲਜ ਟਾਈਮ ਦਾ ਡਵੈਲਪ ਹੁੰਦਾ ਰਿਹਾ ਫਿਰ ਨੈਸ਼ਨਲ ਲੈਵਲ ਵੀ ਪੁੱਜੀ ਇਹ ਕਾਮੇਡੀ ਇਹ ਉਹ ਤੇ ਓਨ ਰੱਬ ਦੀ ਤਿਆਗ ਤੋ ਉਸ ਕੇ ਮਿੱਕੀ ਵਿਕੇਸ਼ ਤੁੰਦਾ ਨਾ ਤਾਂਤ੍ਰਿਕ ਕੇਸ਼ ਮੇਰਾ ਵੀ ਕੇਸ਼ ਲਾਇ ਕਰੋ ਦਿਨ ਬਦ ਦਿਨ ਨਹੀਂ ਥੋੜਾ ਆ ਲਾਤੀ ਹੈ ਡਗਮੜਾ ਡਗਮਗਾ ਦੇਣ ਉਹਦੇ ਹਾਸਤੇ ਦੇਖੋ ਜੀ ਡਗਮਗਾਣਾ ਦੇ ਲੋਕਾਂ ਤੁਹੀਂ ਦੇਖੀ ਹੈ ਜਿੰਨੀ ਤੋ ਖੂਬਸੂਰਤ ਉਹਦੇ ਪੀਣਾ ਦੇਖੋ ਉਹਦੇ ਤੁਸੇਂ ਆਖਣਾ ਤੋ ਛੱਡੋ ਗੱਲਾਂ ਤੁਸੇਂ ਅੰਗਰੇਜ਼ੀ ਦੀ ਟਿਊਸ਼ਨ ਪੜਾਓ 5000 ਰੁਪਏ ਮਹੀਨਾ ਕੋਦਾਨੀ ਕੀਦਾ ਫਸਕਲਾ ਜੀਂਆਂ ਤੋ ਹ ਅੰਗਰੇਜ਼ੀ ਮੈਤ ਦਿੱਖਿਆ ਤੁਸੀਂ ਗੱਲ ਬੋਲਾ ਦੀਆਂ ਤਾਂ ਤੁਸੀਂ ਟੱਡਰ ਪੱਡਰ ਚੱਟਰ ਦੇ ਕੀ ਮੜੋ ਡਿਕਸ਼ਨਰੀ ਖੋਲੀ ਆ ਦਿਖਣਾ ਵੀ ਆਖਾ ਦੀਆਂ ਕਿਹਨੇ ਇਹਦੇ ਤੋ ਛੱਡੋ ਇਹ ਗੱਲਾਂ ਨਹੀਂ ਤੁਸੀਂ ਦੇਖੀਂ ਲੱਗਦੇ ਨੇ ਦੁੰਦੀ ਉਮਰ ਵੀ ਕਾਫੀ ਲੱਗਦੀ ਐ ਉਮਰ ਆਸਤਾ ਕਿਉਂ ਤੁਹਾਡੇ ਦਾਦਾ ਕੰਨ ਤਾਸ਼ ਖੇਡਦਾ ਰਿਆ ਬੁੜੀ ਦੇ ਬੂਟੇ ਥੱਲਾ ਉਮਰ ਮੇਰੀ ਇਹ ਸਰਕਾਰੀ ਛੁੱਟੀਆਂ ਗਰਮੀ ਦੀ ਛੁੱਟੀਆਂ ਦਿਵਾਲੀ ਪੂਜਾ ਹਾਲੀਡੇ ਕੱਢੂਣੋ ਦੇ 17 ਸਾਲ ਚੜੀ 17 ਅਮਸਾ ਉਹ ਵੀ ਕੋਈ ਦਮਚਾਰ ਦੇਨ ਘਟ ਗਿਆ ਹੋਣੇ ਹਾਂ ਮੈਂ ਦੋ ਜਰ ਦੇਨ ਕੱਟ ਲਈਏ ਤੁਸੀਂ 17 ਬਣਾਉ ਰਹੀ ਹੋ ਤਾਂ ਦੇਖੀਏ ਲੱਗਦਾ ਨਹੀਂ ਇਹ ਤੁਸੇ ਦੇਖੋ ਜੀ ਉਹ ਤੇ ਫਿਰ ਦਿਖਣੇ ਵਾਲੀ ਨਜ਼ਰ ਹੋਣੀ ਚਾਹੀਦੀ ਨਾ ਇੱਕ ਮੈਂ ਤੁਸੀਂ ਗੱਲ ਲਗਿਆ ਸੁਨਾਣ ਤੇ ਪਿੱਛੇ ਤੇ ਆ ਬੜਾ ਬਿਆਹ ਦਾ ਦੋਰ ਰਿਆ ਬਰਤਨ-ਪਰਤਨ ਤੇ ਚਲੋ ਦੇਖੋ ਕਾਰਡ ਆਉਂਦਾ ਇੱਕ ਬੰਦੇ ਤੇ ਜਾਣਾ ਵੀ ਇੱਕ ਬੰਦਾ ਹੁੰਦਾ ਬਰਤਨ ਦੇਣਾ ਪਉਂਦਾ 1800 ਤੇ ਮੈਂ ਗਿਆ ਉੱਥੇ ਮੈਰਿਜ ਤੇ ਮੈਂ ਦਿਖਿਆ ਉੱਥੇ ਕਿ ਰਾਸ਼ਪੇ ਦਾ ਫਸ ਕਲਾਸ ਪਹਿਲੇ ਤੇ ਮੈਂ ਦਿਖਿਆ ਕਿ ਮੈਂ ਸਾਹਿਬ ਕੀਤਾ ਕਿ ਮੈਂ ਬਰਤਨ ਕਿੰਨਾ ਦਿੱਤੇ ਦਾ ਉਹ ਸਾਹਿਬ ਕੰਨਾ ਮੈਂ ਆਈਟਮਾਂ ਕੀ ਕੈਲਕੂਲੇਟ ਕੀਤਾ ਕਿ ਕਿੰਨਾ ਕ ਬਣੀਆ ਜਦੋਂ ਮੇਰੇ ਬਰਤਨ ਗਿਆ ਪੂਰਾ ਹੋਈ ਤੇ ਮੈਂ ਚਲੀ ਆ ਸਟੇਜ ਵਾਲਾ ਬੱਸ ਉੱਥੇ ਗਾਣਾ ਲੱਗੇ ਦਾ ਜਿਸ ਕੋ ਡਾਂਸ ਨਹੀਂ ਕਰਨਾ ਪੋ ਜਾ ਕੇ ਆਪਣੀ ਭਾਂਛ ਚਰਾਏ ਮਾਰੇ ਮੈਂ ਦੇਖਿਆ ਕਈ ਬੰਦੇ ਜਿਹੜੇ ਇਹ ਮੈਕਸਮ ਆਪਣੀ ਲਾੜੀ ਰੋਟੀ ਖਲਾਣੇ ਲਈ ਏ ਬਸ ਇਹ ਦੇ ਗੱਲਾਂ ਜਿਹੜੀਆਂ ਹਨ ਨਾ ਤੇ ਰੋਜ਼ ਮਰਰਾ ਚ ਕਿ ਤੁਹਾਡੀ ਕਮੇਡੀ ਹੈ ਤੁਹਾਡੀ ਵੀ ਤੇ ਉਮਰ ਲੰਗਾ ਦੀ ਹੁਣ ਤੋਸੇ ਤੋਸ ਵੀ ਸੋਚੋ ਆਪਣੇ ਆਸਤੇ ਮੈਂ ਤੇ ਬਧੇਰਾ ਸੋਚਣਾ ਹੁਣ ਨਾ ਪਰ ਖਬਰ ਹੈ ਕੁਛ ਮੇਰਾ ਬਾਰਾ ਸੋਚੇਦਾ ਕਿਛ ਨਹੀਂ ਸੋਚੇਦਾ ਉਹ ਇਸ ਦਾ ਮਤਲਬ ਤੁਸੀਂ ਅਪਰੋਚ ਕੀਤੀ ਹੈ ਕੁਸੇ ਆ ਜੇ ਦਾਉ ਦਿਨ ਦਾਉ ਤਰਾ ਦਿਨ ਇਹਦੀ ਚਲਾ ਦੀ ਅਪਰੋਚ ਮੇਰੀ ਦੇਖੋ ਨਾ ਅਹਨਰ ਸਿੰਘ ਆ ਮੰਦਰ ਜਾਣਾ ਤੇ ਦੇਖੋ ਹੁਣ ਕਦੋਂ ਜਨੋਂਦਾ ਵਰਡਿੰਗ ਆਰਟਿਸਟ ਆ ਤੇ ਤੁੰਦਾ ਕੀ ਮੈਸੇਜ ਹੈ ਦੇਖੋ ਜੀ ਬਰਡਿੰਗ ਆਰਟਿਸਟ ਨਿਊ ਕਮਰਸ ਜਿੰਨੇ ਵੀ ਹਨ ਉਹਦੇ ਵਾਸਤੇ ਇੱਕੋ ਚੀਜ਼ ਹੈ ਕਿ ਆਪਣਾ ਪੈਸ਼ਨ ਫੋਲੋ ਕਰੋ ਬਸ ਔਰ ਆਪਣੇ ਕੈਰੈਕਟਰ ਚ ਰਹੋ ਕਿਰਦਾਰ ਨਿਭਾਓ ਔਰ ਆਪਣੇ ਆਪ ਕਰਨੇ ਕਦੇ ਗਦਾਰੀ ਨਾ ਕਰਿਓ ਕਿ ਜਿਹੜਾ ਬੰਦਾ ਆਪਣੇ ਕੰਨੇ ਗਦਾਰੀ ਕਰੀ ਜਾਂਦਾ ਨਾ ਕਿ ਆਜ ਨਹੀਂ ਕੱਲ ਕਰੂੰਗਾ ਕਰ ਲੂੰਗਾ ਇਹ ਹੈ ਉਹ ਉਹ ਰਹੀ ਜਾਂਦਾ ਫਿਰ ਆਜ ਗੱਲ ਕਿਆ ਕਰਦਾ ਸੋ ਇਟਸ ਬੈਟਰ ਕਿ ਤੂੰ ਸੁਪਨਾ ਵੀ ਧਿਆਨ ਰੱਖੋ ਕਰ ਆਨੇ ਦਾ ਤੇ ਹੈਗਾ ਸੁਪਨੇ ਪੂਰੇ ਕਰਨੇ ਲੇਕਿਨ ਤੂੰ ਆਪਣੇ ਪੈਸ਼ਨ ਦਾ ਵੀ ਧਿਆਨ ਰੱਖੋ ਅਗਰ ਦਿਲ ਤੁਹਾਡਾ ਸੈਟੀਸਫਾਈਡ ਹੈ ਨਾ ਤੇ ਫੋਲੋ ਕਰੋ ਉਸੇ ਕਸ ਬੈਸਟ ਚੀਜ਼ ਹੈ ਰਾਸ਼ਟ੍ਰ ਸੇਵਾ ਮੇ ਲਗੇ ਰਹੀਏ ਉਹਦਾ ਜਮਾਇਤ ਉਸ ਮਤਲਬ ਯੋ ਹੈ ਕਿ ਦੇਸ਼ ਧਰਮ ਦਾ ਧਿਆਲ ਰੱਖੀ ਹੈ ਤੇ ਆਪਣਾ ਕੰਮ ਕਰਦੇ ਰਹੋ ਉਹ ਵੇ ਮੈਸੇਜ ਹੈ ਹਰ ਬੰਦੇ ਚਾਹੇ ਉਹ ਆਰਟਿਸਟ ਹੈ ਤਾਂ ਚਾਹੇ ਕਿਸੇ ਵੀ ਫੀਲਡ ਚ ਹੋਵੇ ਜੀ ਤੇ ਇਹ ਸਾਡੇ ਕਰਨੇ ਸਟੈਂਡ ਅਪ ਕਾਮੇਡੀਅਨ ਸ਼ੁਭਮ ਗੁਪਤਾ اور ਜਿਨੇ ਤਾਂਤ੍ਰਿਕ ਵੀ ਆਖਦੇ ਨੇ ਅਗਰ ਤੁਸੇ ਸ਼ਹਿਰ ਲੱਗਿਆ ਸਾਡਾ ਕਾਰਜਕ੍ਰਮ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨ ਨਮਸਕਾਰ